ਸਸ਼ਵੀ ਗਾਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਭਗਵੰਤ ਮਾਨ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ ਤੇ ਜਾਣਕਾਰੀ ਲਈ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਨੂੰ ਇੱਕ ਨਵਾਂ ਪ੍ਰਧਾਨ ਮਿਲ ਸਕਦਾ ਹੈ ਇਸ ਦਾ ਪੁਖ ਕੀ ਹੋ ਸਕਦਾ ਹੈ ਤੇ ਪੰਜਾਬ ਦੇ ਵਿੱਚ ਮਚ ਰਹੀ ਉਥਲ ਪੁਥਲ ਬਾਰੇ ਕੀ ਹੋ ਸਕਦਾ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਸਾਡੇ ਨਾਲ ਮਨਜੂਰ ਨੇ ਸਾਡੇ ਸਹਿਯੋਗੀ ਰਣਵੀਰ ਸਿੰਘ ਜੀ ਸਰ ਬਿਲਕੁਲ ਮਨਪ੍ਰੀਤ ਦੱਸਦੀ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਵੱਡੇ ਧਮਾਕੇ ਹੋ ਰਹੇ ਨੇ ਸੁਖਪਾਲ ਸਿੰਘ ਖਹਿਰਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹਰਪਾਲ ਸਿੰਘ ਟੀਮਾ ਨੂੰ ਲਾ ਦਿੱਤਾ ਗਿਆ ਹੈ ਹੁਣ ਇਸ ਦੇ ਵਿੱਚ ਖਬਰ ਇਹੀ ਆ ਰਹੀ ਹੈ ਕਿ ਭਗਵੰਤ ਮਾਨ ਦਾ ਜਿਹੜਾ ਅਸਤੀਫਾ ਏ ਸੂਤਰਾਂ ਦੇ ਮੁਤਾਬਕ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਏ ਤੇ ਉਹਨਾਂ ਦੀ ਥਾਂ ਤੇ ਨਵਾਂ ਪ੍ਰਧਾਨ ਜਿਹੜਾ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਉਹ ਮਿਲ ਸਕਦਾ ਹੈ ਦੱਸਦੀ ਹੈ ਕਿ ਜਦੋਂ ਨਸ਼ੇ ਦਾ ਮੁੱਦਾ ਜਿਹੜਾ ਗਰਮਾਇਆ ਹੋਇਆ ਸੀਗਾ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਤੇ ਅਰਵਿੰਦ ਕੇਜਰੀਵਾਲ ਨੇ ਮੁਆਫੀ ਮੰਗ ਲਈ ਸੀ ਲਿਖਤੀ ਤੌਰ ਤੇ ਮੁਆਫੀ ਮੰਗੀ ਸੀ ਉਸ ਤੋਂ ਬਾਅਦ ਭਗਵੰਤ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ ਪੰਜਾਬ ਦੇ ਪ੍ਰਧਾਨ ਦੇ ਵਜੋਂ ਉਹਨਾਂ ਨੇ ਇਹ ਅਸਤੀਫਾ ਦਿੱਤਾ ਸੀਗਾ ਜਿਸ ਤੋਂ ਬਾਅਦ ਹਾਲੇ ਤੱਕ ਇਹ ਅਸਤੀਫਾ ਜਿਹੜਾ ਸੀਗਾ ਉਹ ਮਨਜ਼ੂਰ ਨਹੀਂ ਸੀ ਕੀਤਾ ਗਿਆ ਪਰ ਹੁਣ ਜਿਸ ਤਰ੍ਹਾਂ ਵੱਡਾ ਫੈਸਲਾ ਸੁਖਪਾਲ ਸਿੰਘ ਖੈਰਾ ਦੇ ਮਾਮਲੇ ਦੇ ਵਿੱਚ ਲਿਆ ਗਿਆ ਉੱਥੇ ਹੁਣ ਭਗਵੰਤ ਮਾਨ ਭਗਵੰਤ ਮਾਨ ਦੇ ਮਾਮਲੇ ਦੇ ਵਿੱਚ ਵੀ ਫੈਸਲਾ ਇਹ ਲਿਆ ਗਿਆ ਕਿ ਉਹਨਾਂ ਦਾ ਜਿਹੜਾ ਅਸਤੀਫਾ ਹੈ ਉਸ ਨੂੰ ਮਨਜ਼ੂਰ ਕਰ ਲਿਆ ਗਿਆ ਹਾਲਾਂਕਿ ਹਾਲੇ ਖਬਰ ਸੂਤਰਾਂ ਦੇ ਮੁਤਾਬਕ ਆ ਰਹੀ ਹੈ ਪਰ ਇਹ ਖਬਰ ਪੂਰੀਪੁਰ ਪੁਖਤਾ ਜਿਹੜੀ ਹੈ ਅਸੀਂ ਤੁਹਾਨੂੰ ਡੇਲੀ ਪੋਸਟ ਪੰਜਾਬੀ ਤੇ ਦੱਸ ਰਿਹਾ ਕਿ ਭਗਵੰਤ ਮਾਨ ਦਾ ਜਿਹੜਾ ਅਸਤੀਫਾ ਹੈ ਉਸ ਨੂੰ ਮਨਜ਼ੂਰ ਕਰ ਲਿਆ ਗਿਆ ਤੇ ਉਹਨਾਂ ਦੀ ਥਾਂ ਤੇ ਇੱਕ ਦਲਿਤ ਆਗੂ ਨੂੰ ਪੰਜਾਬ ਦਾ ਪ੍ਰਧਾਨ ਜਿਹੜਾ ਉਹ ਬਣਾਇਆ ਜਾ ਸਕਦਾ ਹਾਲਾਂਕਿ ਪੰਜਾਬ ਦੇ ਇਸ ਵੇਲੇ ਕਈ ਜਿਹੜੇ ਵਿਧਾਇਕ ਨੇ ਨੌ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਦਲਿਤ ਨੇ ਜਿਸ ਤਰ੍ਹਾਂ ਹਰਪਾਲ ਸਿੰਘ ਟੀਮਾ ਨੂੰ ਵੀ ਉਹ ਵੀ ਦਲਿਤ ਨੇ ਅਤੇ ਉਹਨਾਂ ਨੂੰ ਇਸ ਅਹੁਦੇ ਤੇ ਜਿਹੜਾ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਵੱਜੋਂ ਲਾਇਆ ਗਿਆ ਤੇ ਹੁਣ ਪੰਜਾਬ ਦਾ ਪ੍ਰਧਾਨ ਹੈ ਜਿਹੜਾ ਉਹ ਵੀ ਦਲਿਤ ਨੂੰ ਲਾਇਆ ਜਾ ਸਕਦਾ ਇਸ ਤਰ੍ਹਾਂ ਦੀ ਖਬਰ ਜਿਹੜੀ ਉਹ ਇਸ ਵੇਲੇ ਮਿਲ ਰਹੀ ਹੈ ਭਗਵੰਤ ਮਾਨ ਦੀ ਥਾਂ ਤੇ ਨਵਾਂ ਪ੍ਰਧਾਨ ਲਾਇਆ ਜਾ ਸਕਦਾ ਕਿਉਂਕਿ ਭਗਵੰਤ ਮਾਨ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਕਰ ਲਿਆ ਗਿਆ ਦੱਸ ਦਈਏ ਕਿ ਭਗਵੰਤ ਮਾਨ ਨੇ ਪਾਰਟੀ ਨੂੰ ਇੱਥੋਂ ਤੱਕ ਲਿਆਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ ਜੇਕਰ ਅੱਜ ਪਾਰਟੀ ਜਿੱਥੇ ਸਟੈਂਡ ਕਰਦੀ ਹੈ ਉਸ ਦੇ ਵਿੱਚ ਭਗਵੰਤ ਮਾਨ ਦਾ ਵੱਡਾ ਰੋਲ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਲੋਕ ਸਭਾ ਦੇ ਵਿੱਚ ਉਹ ਮੁੱਦੇ ਚੁੱਕਦੇ ਰਹੇ ਨੇ ਲਗਾਤਾਰ 2017 ਦੀ ਕੈਂਪੇਨਿੰਗ ਦੇ ਵਿੱਚ ਵੱਡੀਆਂ ਉਹਨਾਂ ਨੇ ਰੈਲੀਆਂ ਕੀਤੀਆਂ ਨੇ ਸੈਂਕੜੇ ਦੀ ਤعداد ਦੇ ਵਿੱਚ ਰੈਲੀਆਂ ਕੀਤੀਆਂ ਪਾਰਟੀ ਨੂੰ ਖੜਾ ਕੀਤਾ ਪਰ ਹੁਣ ਪਾਰਟੀ ਦੀ ਜਿਹੜੀ ਜਿਹੜੀਆਂ ਮੇਨ ਮੀਟਿੰਗਸ ਨੇ ਜਾਂ ਜਿਹੜੀਆਂ ਮੇਨ ਜਨ ਸੰਪਰਕ ਮੁਹਿੰਮ ਹੈ ਜਾਂ ਜਿਹੜੀਆਂ ਕੋਈ ਅਗਵਾਈ ਜਿਹੜੀ ਕਿਤੇ ਭਗਵੰਤ ਮਾਨ ਕਰਦੇ ਨਜ਼ਰ ਨਹੀਂ ਆ ਰਹੇ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੋਣਾ ਕਿ ਭਗਵੰਤ ਮਾਨ ਜਿਹੜੇ ਐਕਟਿਵ ਪੋਲਿਟਿਕਸ ਤੋਂ ਦੂਰ ਰਹੇ ਨੇ ਹਾਲਾਂਕਿ ਆਪਣੇ ਸੰਸਦ ਦੀ ਹਲਕਾ ਜਿਹੜਾ ਲੋਕ ਸਭਾ ਸੰਗਰੂਰ ਉੱਥੇ ਉਹ ਜ਼ਰੂਰ ਵਿਚਰਦੇ ਰਹੇ ਨੇ ਖਬਰਾਂ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਨੇ ਕਿ ਭਗਵੰਤ ਮਾਨ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਵੀ ਜਾ ਸਕਦੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਸੂਆਂ ਮਿਲ ਰਹੀਆਂ ਨੇ ਸਿਆਸੀ ਮਾਹਿਰ ਵੀ ਮੰਨਦੇ ਨੇ ਕਿ ਭਗਵੰਤ ਮਾਨ ਕੋਲ ਜਿਸ ਤਰ੍ਹਾਂ ਪਹਿਲਾਂ ਪੀਪੀਪੀ ਦੇ ਵਿੱਚ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਰੁੱਖ ਆਮ ਆਦਮੀ ਪਾਰਟੀ ਦਾ ਕਰਿਆ ਅਤੇ ਹੁਣ ਉਹਨਾਂ ਦੀ ਜਿਹੜੀ ਇੱਕ ਛਾਲ ਹੈ ਉਹ ਕਾਂਗਰਸ ਦੇ ਵੱਲ ਵੀ ਉਹ ਜਾ ਸਕਦੇ ਨੇ ਕਿਉਂਕਿ ਖਬਰਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਮਿਲ ਰਹੀਆਂ ਹਨ ਹਾਲਾਂਕਿ ਕੰਸੂਆਂ ਮਿਲ ਰਹੇ ਨੇ ਸਿਆਸੀ ਮਾਹਿਰ ਵੀ ਮੰਨਦੇ ਨੇ ਕਿ ਭਗਵੰ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿੱਤ ਨਹੀਂ ਸਕਦੇ ਹੈਗੇ ਇਸ ਲਈ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਕਿ ਉਹਨਾਂ ਲਈ ਕਾਂਗਰਸ ਹੀ ਇੱਕ ਰਾਹ ਬਚਦਾ ਹੈ ਜਿੱਥੇ ਉਹ ਜਾ ਕੇ ਜਿੱਤ ਵੀ ਸਕਦੇ ਨੇ ਉਹਨਾਂ ਦਾ ਆਪਣਾ ਹੋਲਡ ਵੀ ਹੈ ਪਾਰਟੀ ਉਹਨਾਂ ਦਾ ਆਪਣਾ ਵੋਟ ਬੈਂਕ ਵੀ ਹੈ ਤੇ ਕਾਂਗਰਸ ਪਾਰਟੀ ਦਾ ਵੋਟ ਬੈਂਕ ਮਿਲ ਕੇ ਤੇ ਕਾਂਗਰਸ ਵੀ ਚਾਹੁੰਦੀ ਹੈ ਕਿ ਇਸ ਤਰ੍ਹਾਂ ਜਿਹੜੀ ਭਗਵੰਤ ਮਾਨ ਨੂੰ ਜੇਕਰ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ ਇੱਕ ਸੀਟ ਜਿਹੜੀ ਹੈ ਹੋਰ ਭਗਵੰਤ ਮਾਨ ਦੀ ਪੱਕੀ ਹੋ ਸਕਦੀ ਹੈ ਤੁਸੀਂ ਦੇਖਿਆ ਹੋਣਾ ਕਿ ਭਗਵੰਤ ਮਾਨ ਇਸ ਵੇਲੇ ਤੱਕ ਸਾਇਲੈਂਟ ਨਜ਼ਰ ਆ ਰਹੇ ਨੇ ਬਹੁਤੀਆਂ ਮੀਟਿੰਗਾਂ ਦੇ ਵਿੱਚ ਉਹ ਨਹੀਂ ਆਉਂਦੇ ਜਿਹੜੀਆਂ ਪਾਰਟੀ ਦੀਆਂ ਮੀਟਿੰਗਾਂ ਹੁੰਦੀਆਂ ਨੇ ਇਸ ਵੇਲੇ ਤੱਕ ਡਾਕਟਰ ਬਲਬੀਰ ਸਿੰਘ ਜਿਹੜੇ ਨੇ ਸਹਿ ਪ੍ਰਧਾਨ ਲਾਏ ਸੀਗੇ ਉਹੀ ਜਿਹੜੇ ਸਾਰੇ ਅਹੁਦੇਦਾਰਾਂ ਦੀ ਚੋਣ ਕਰ ਰਹੇ ਨੇ ਉਹੀ ਆਫਿਸ ਵੀਰ ਇਹਨਾਂ ਦੀ ਚੋਣ ਕਰ ਰਹੇ ਨੇ ਜਿੱਥੇ ਬੰਦਕ ਢ ਡਾਕਟਰ ਬਲਬੀਰ ਸਿੰਘ ਦੀ ਖੈਬਾਜ਼ੀ ਦੀਆਂ ਖਬਰਾਂ ਵੀ ਤੁਸੀਂ ਦੇਖੀਆਂ ਹੋਣੀਆਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਦੌਰਾਨ ਡਾਕਟਰ ਬਲਬੀਰ ਸਿੰਘ ਨੇ ਇਹ ਇਲਜ਼ਾਮ ਲਾਏ ਸੀਗੇ ਸੁਖਪਾਲ ਸਿੰਘ ਖਹਿਰਾ ਤੇ ਕਿ ਉਹ ਪੈਸੇ ਲੈਂਦੇ ਨੇ ਵਰਕਰਾਂ ਤੋਂ ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਕਾਫੀ ਨਰਾਜ਼ ਹੋਏ ਸਨ ਅਤੇ ਉਹਨਾਂ ਨੇ ਫੇਸਬੁਕ ਤੇ ਇੱਕ ਵੀਡੀਓ ਵੀ ਪਾਈ ਸੀ ਜਿਸ ਦੇ ਵਿੱਚ ਉਹਨਾਂ ਕਿਹਾ ਸੀਗਾ ਕਿ ਉਹਨਾਂ ਲਈ ਇਹ ਚੀਜ਼ ਸਹਿਣਯੋਗ ਹੈ ਬਰਦਾਸ਼ਤ ਨਹੀਂ ਉਹ ਕਰ ਸਕਦੇ ਇਸ ਤਰ੍ਹਾਂ ਦੇ ਇਲਜ਼ਾਮ ਕਿ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਜਿਹੜੇ ਲਗਾਤਾਰ ਮੁੱਦੇ ਚੁੱਕਦੇ ਆਏ ਨੇ ਪਰ ਉਹਨਾਂ ਨੂੰ ਵੀ ਪਾਰਟੀ ਨੇ ਅਹੁਦੇ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਦਾ ਕੋਈ ਜਿਹੜਾ ਫੌਰੀ ਕਾਰਨ ਹੈ ਇਸ ਵੇਲੇ ਉਹ ਕੋਈ ਨਹੀਂ ਦੱਸਿਆ ਗਿਆ ਪਾਰਟੀ ਹਾਈ ਕਮਾਂਡ ਦੇ ਵੱਲੋਂ ਕਿ ਪਾਰਟੀ ਹਾਈ ਕਮਾਂਡ ਨੇ ਕਿਉਂ ਸੁਖਪਾਲ ਸਿੰਘ ਖਹਿਰਾ ਨੂੰ ਅਹੁਦੇ ਤੋਂ ਹਟਾਇਆ ਜਿਸ ਕਰਕੇ ਪਿਛਲੇ ਦਿਨਾਂ ਦੇ ਦੌਰਾਨ ਇੱਕ ਐਨ ਆਰ ਆਈ ਵਰਗ ਦੇ ਵੱਲੋਂ ਇੱਕ ਚਿੱਠੀ ਵੀ ਲਿਖੀ ਗਈ ਸੀ ਪਾਰਟੀ ਹਾਈ ਕਮਾਂਡ ਨੂੰ ਕਿ ਸੁਖਪਾਲ ਸਿੰਘ ਖਹਿਰਾ ਚੰਗਾ ਕੰਮ ਕਰ ਰਹੇ ਨੇ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹ ਸੱਤਾਧਿਰ ਨੂੰ ਕੇਹ ਰਹੇ ਨੇ ਉਹ ਅਕਾਲੀ ਦਲ ਦੇ ਖਿਲਾਫ ਵੀ ਹਮਲੇ ਬੋਲ ਰਹੇ ਨੇ ਉਸ ਦੇ ਬਾਅਦ ਪੰਜਾਬ ਦੇ ਮਸਲੇ ਵੀ ਚੁੱਕ ਰਹੇ ਨੇ ਚਾਹੇ ਦੂਸ਼ਿਤ ਪਾਣੀਆਂ ਦਾ ਮਸਲਾ ਹੋਵੇ ਚਾਹੇ ਨਸ਼ਿਆਂ ਦਾ ਮੁੱਦਾ ਹੋਵੇ ਵੱਖ-ਵੱਖ ਜਿਹੜੇ ਮੁੱਦੇ ਨੇ ਉਹਨਾਂ ਤੇ ਵੀ ਆਪਣੇ ਜਿਹੜੇ ਵਿਰੋਧੀ ਧਿਰ ਦੇ ਨੇਤਾਵਾਂ ਵੱਜੋਂ ਉਹ ਵਿਚਰਦੇ ਆ ਰਹੇ ਨੇ ਖੇੜ ਦੇ ਵੀ ਸੰਸਦਾਂ ਸੱਤਾਧਿਰ ਤੋਂ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਹਟਾਇਆ ਗਿਆ ਜਿਹੜਾ ਸੁਖਪਾਲ ਸਿੰਘ ਖੈਰਾ ਨੇ ਟਵੀਟ ਕੀਤਾ ਨਾਲ ਹੀ ਉਹਨਾਂ ਨੇ ਇੱਕ ਫੇਸਬੁੱਕ ਤੇ ਵੀ ਪੋਸਟ ਪਾਈ ਹੈ ਉਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਕਿ ਜੇਕਰ ਉਹਨਾਂ ਨੂੰ ਸੱਚ ਬੋਲਣ ਦੀ ਇਹ ਸਜ਼ਾ ਮਿਲੀ ਹੈ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਸੱਚ ਬੋਲਣ ਦੇ ਲਈ ਉਹ ਅਜਿਹੇ 100 ਅਹੁਦੇ ਵੀ ਵਿਰੋਧੀ ਧਿਰ ਦੇ 100 ਅਹੁਦੇ ਵੀ ਜਿਹੜੇ ਵਿਰੋਧੀ ਧਿਰ ਦੇ 100 ਅਹੁਦੇ ਵੀ ਉਹ ਕੁਰਬਾਨ ਕਰ ਸਕਦੇ ਨੇ ਪੰਜਾਬ ਲਈ ਪੰਜਾਬੀਆਂ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਉਹ ਲਗਾਤਾਰ ਪੰਜਾਬ ਦੇ ਮੁੱਦੇ ਚੁੱਕਦੇ ਰਹੇ ਨੇ ਪੰਜਾਬ ਦੇ ਮੁੱਦੇ ਉਹ ਅੱਗੇ ਵੀ ਚੁੱਕਦੇ ਰਹਿਣਗੇ ਪਰ ਹੁਣ ਸਵਾਲ ਇਹ ਹੈ ਕਿ ਕੀ ਸੁਖਪਾਲ ਸਿੰਘ ਖਹਿਰਾ ਅੱਗੇ ਫੈਸਲਾ ਕੀ ਲੈਂਦੇ ਨੇ ਉਹਨਾਂ ਕੋਲ ਰਾਹ ਕੀ ਬਚਦਾ ਏ ਕਿਉਂਕਿ ਸੁਖਪਾਲ ਸਿੰਘ ਖਹਿਰਾ ਏਸ ਗੱਲੋਂ ਡਾਢੇ ਨਾਰਾਜ਼ ਨੇ ਕਿ ਉਹਨਾਂ ਨੂੰ ਲੀਡਰ ਆਫ اپੋਜੀਸ਼ਨ ਦੇ ਅਹੁਦੇ ਤੋਂ ਹਟਾਇਆ ਗਿਆ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਵੀ ਇਹੀ ਚਾਹੁੰਦਾ ਸੀ ਭਾਜਪਾ ਵੀ ਇਹੀ ਚਾਹੁੰਦੀ ਸੀ ਕਾਂਗਰਸ ਵੀ ਇਹੀ ਚਾਹੁੰਦੀ ਸੀ ਪਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਹਦੇ ਆਗੂ ਜਿਹੜੇ ਨੇ ਉਹ ਵੀ ਇਹੀ ਚਾਹੁੰਦੇ ਸਨ ਜਿਸ ਕਾਰਨ ਉਹ ਨਾਰਾਜ਼ ਨੇ ਕਿਉਂਕਿ ਪਾਰਟੀ ਦੇ ਆਪਣੇ ਆਗੂਆਂ ਦੀ ਜਿਹੜੀ ਹੈ ਕੌਨਸਪੀਰੇਸੀ ਸਾਜ਼ਿਸ਼ਾਂ ਕਾਰਨ ਉਹਨਾਂ ਨੂੰ ਇਸ ਅਹੁਦੇ ਤੋਂ ਹਟਾਇਆ ਗਿਆ ਭਲਕੇ ਉਹਨਾਂ ਨੇ ਕਿਹਾ ਕਿ ਉਹ মিডিਆ ਦੇ ਵਿੱਚ ਜਾਣਗੇ মিডিਆ ਦੇ ਵਿੱਚ ਜਾ ਕੇ ਉਹ ਦੱਸਣਗੇ ਕਿ ਕੀ ਉਹਨਾਂ ਦਾ ਅਗਲਾ ਸਟੈਪ ਹੋਏਗਾ ਹੁਣ ਫਿਲਹਾਲ ਕੱਲ ਤੱਕ ਇੰਤਜ਼ਾਰ ਜ਼ਰੂਰ ਕਰਨਾ ਹੋਏਗਾ ਕਿ ਸੁਖਪਾਲ ਸਿੰਘ ਖੈਰਾ ਅੱਗੇ ਕੀ ਰੁਖ ਅਖਤਿਆਰ ਕਰਦੇ ਨੇ ਸੋ ਫਿਲਹਾਲ ਇਸ ਪੇਸ਼ਕਸ਼ ਵਿੱਚ ਬਸ ਇਨਾ ਹੀ ਡੇਲੀ ਪੋਸਟ ਤੇ ਅਪਡੇਟ ਦਾ ਸਿਲਸਿਲਾ